हाँ जी, सब प्यार भरी सत श्रीकाल दोस्तों, मैं अपना जतेंद्र सिंह उठी, वेलकम टू माई यूट्यूब 1388 आई। तो जिम्मे सारे पता जी, आप कनेडा तो पिंड आए हुए हैं जी, पिंड फौजेवाल। तो अज जी मम्मी पंजीरी बना रहे हैं, तो पंजीरी वास्ते जो समान आते आप पंजीरी की प्रोसैस भी दिखावे थोनों। सो मम्मी हम दसनगे भी की समान यूज करते हैं, दसो। हाँ जी, पंजीरी वास्ते चाहिदा घ्यो, पहला किन्ना घ्यो, घ्यो 1 लीटर दी बनावांगे बेटा। ओके फिर आपां नूं चाहिदा आटा। एक किन्ना आटा लीटर विच आपां 1.5 किलो आटा पावांगे। ठीक है। धान 1.25 किलो चीनी पावांगे बेटा। ठीक है। ते आ समग्री आ गई समझ लो, बादाम, ते आ गए मगज, काजू टुकड़ा, खसखस, कमरकस, खोपा, गिरी। ते 1.5 किलो दे विच किन्ना पऊगा आ किन्ना का? ਇਹ ਬੇਟਾ ਆਪਾਂ ਆਪਣਾ ਜਿੰਨਾ ਮਰਜ਼ੀ ਪਾ ਸਕਦੇ ਹਾਂ, ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਨੂੰ ਕਿੰਨਾ ਕੁ ਡਰਾਈ ਫਰੂਟ ਚਾਹੀਦਾ। ਠੀਕ ਆ, ਆ ਕੀ ਆ? ਇਹ ਸੁੰਡ ਹੈ ਬੇਟਾ, ਡਰਾਈ ਜਿੰਜਰ ਪਾਊਡਰ। ਹਾਂ ਬੇਟੇ, ਇਹਨੂੰ ਥੋੜਾ ਜਿਹਾ ਆਪਾਂ ਜਾਂਦੀ ਸਰੀਰ ਨੂੰ ਗਰਮੀ ਵਾਸਤੇ ਇਹ ਵੀ ਪਾ ਸਕਦੇ ਹਾਂ। ਤੇ ਆ ਖੰਡ ਕਿੰਨੀ ਲੈਣੀ ਆ? ਖੰਡ ਬੇਟੇ 1.25 ਕਿਲੋ। 1.25 ਕਿਲੋ ਖੰਡ, ਠੀਕ ਆ। ਬਾਕੀ ਤੁਸੀਂ ਆ ਜਿਹੜੀਆਂ ਚੀਜ਼ਾਂ ਨੇ ਜੀ, ਜਿਵੇਂ ਖਸਖਸ ਹੋ ਗਈ ਜਾਂ ਮਗਜ ਹੋ ਗਏ, ਠੀਕ ਆ ਜੀ, ਇਹ ਚੀਜ਼ਾਂ ਤੁਸੀਂ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪਾ ਸਕਦੇ ਹੋ। ਠੀਕ ਆ, ਪਾ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਹੈ। ਜਾਂ ਦੀ ਡਰਾਈ ਫਰੂਟ ਜ਼ਿਆਦਾ ਤੋਂ ਜ਼ਿਆਦਾ ਹੋਵੇ, ਉਨੀ ਪੰਜੀਰੀ ਵਧੀਆ ਬਣੂਗੀ। ਠੀਕ ਆ, ਹੁਣ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਇਹਨਾਂ ਨੂੰ? ਤੇ ਆਪਾਂ ਬੇਟਾ ਹੁਣ ਇਹਨਾਂ ਨੂੰ ਗ੍ਰਾਈਂਡ ਕਰਾਂਗੇ। ਠੀਕ ਹੈ। ਸਾਰੀ ਚੀਜ਼ ਨੂੰ ਗ੍ਰਾਈਂਡ ਕਰਕੇ ਮਿਕਸ ਕਰਕੇ ਇਹ ਚ ਥਾਲ ਚਿੱਕ ਚ ਪਾ ਲਾਂਗੇ। ਓਕੇ। ਪਹਿਲਾਂ ਆਪਾਂ ਘਿਓ ਗਰਮ ਕਰਾਂਗੇ। ਘਿਓ ਦੇ ਵਿੱਚ ਫਿਰ ਆਟੇ ਨੂੰ ਫਰਾਈ ਕਰਾਂਗੇ ਪੂਰਾ, ਜੰਦੀ ਜਦੋਂ ਤੱਕ ਲਾਲ ਨਹੀਂ ਆਟਾ ਹੋ ਜਾਂਦਾ ਉਹਨਾਂ ਚਿਰ ਆਪਾਂ ਬੇਟਾ ਉਹਦੀ ਵੇਟ ਕਰਾਂਗੇ। ਠੀਕ ਹੈ। ਸੋ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਆ ਜੀ। ਸੋ ਇਹ ਚੀਜ਼ਾਂ ਨੇ ਜੋ ਰਿਕੁਆਇਰਮੈਂਟ ਆ, ਠੀਕ ਹੈ ਜੀ, ਬਦਾਮ ਹੋ ਗਏ, ਕਾਜੂ ਹੋ ਗਿਆ, ਠੀਕ ਹੈ, ਕਾਜੂ ਆਪਾਂ ਲਿਆ ਨਹੀਂ, ਕਾਜੂ ਹੈਗਾ, ਕਾਜੂ ਹੈਗਾ, ਠੀਕ ਹੈ ਜੀ, ਖੋਪਾ ਹੈਗਾ ਗਾ, ਤੇ ਆਪਣੇ ਮਗਜ ਹੋ ਗਏ, ਖਸਖਸ ਹੋ ਗਈ, ਠੀਕ ਹੈ ਜੀ, ਕਮਰਕਸ ਹੋ ਗਈ, ਤੇ ਖੰਡ ਹੋ ਗਈ, ਠੀਕ ਹੈ ਜੀ, ਡਰਾਈ ਜਿੰਜਰ ਪਾਊਡਰ ਹੋ ਗਿਆ, ਆਟਾ ਹੋ ਗਿਆ, ਐਂਡ ਘਿਓ ਹੋ ਗਿਆ। ਸੋ ਹੁਣ ਆਪਾਂ ਤੁਹਾਨੂੰ ਪ੍ਰੋਸੈਸ ਦਿਖਾਉਂਦੇ ਹਾਂ ਜਿਵੇਂ ਬਣਦਾ, ਠੀਕ ਹੈ ਜੀ। ਓਕੇ। ਹਾਂਜੀ, ਸੋ ਉੱਧਰ ਪੰਜੀਰੀ ਬਣ ਰਹੀ ਆ, ਤੇ ਇੱਧਰ ਆਪਣੇ ਸਾਹਿਬ ਕੰਪਿਊਟਰ ਤੋਂ ਵੀਰ ਆਏ ਹੋਏ ਨੇ ਜੋ ਕੈਮਰੇ ਫਿੱਟ ਕਰ ਰਹੇ ਨੇਗੇ। ਤੇ ਬਾਈ ਆਪਦੀ ਇੰਟਰੋ ਦੇ ਦਿਓ ਵੀਰੇ। ਵੀਰੇ ਮੇਰਾ ਨਾਮ ਸਾਹਿਬ ਜੋਤ ਆ ਵੀਰੇ। ਠੀਕ ਆ ਬਾਈ ਵਾਲ, ਤੇਰੇ ਨਾਮ ਤੇ ਆ ਨਾ ਸਾਹਿਬ ਕੰਪਿਊਟਰ? ਤੇਰਾ ਨਾਮ ਵੀਰ? ਮੇਰਾ ਨਾਮ ਹੈਗਾ ਵੀਰੇ ਸਾਬਰ ਖਾਨ। ਸਾਬਰ ਖਾਨ, ਤੇ ਆਪਣਾ ਕਿਹੜਾ ਪਿੰਡ ਹੈਗਾ? ਪਿੰਡ ਹੈਗਾ ਤਲੇਰ। ਤਲੇਰ ਦਾ ਬਾਈ, ਤੇ ਸਾਹਿਬ ਕੰਪਿਊਟਰ ਦੇ ਵਿੱਚ ਇਹ ਕੈਮਰੇ ਦੀ ਫਿਟਿੰਗ ਕਰਦੇ ਨੇਗੇ, ਜਿਵੇਂ ਆਪਾਂ ਆਪਣੇ ਬਾਹਰ ਫਿਟਿੰਗ ਕਰਵਾਉਂਦੇ ਹਾਂ ਕੈਮਰਾ ਦੇ। ਆਪਣੇ ਇੱਕ ਕੈਮਰਾ ਲੱਗ ਚੁੱਕਿਆ ਹੈਗਾ, ਤੇ ਨਾਈਟ ਵਿਜ਼ਨ ਵਾਲਾ ਕੈਮਰਾ, ਇਹ ਕਲਰ ਨਾਈਟ ਵਿਜ਼ਨ, ਤੇ ਇਹਦੇ 'ਚ ਆਪਣੇ ਲੈਡ ਲਾਈਟਾਂ ਵੀ ਹੈਗੀਆਂ ਨੇ ਨਾ, ਇਹ ਚਲਾ ਕੇ ਵੀ ਤੁਹਾਨੂੰ ਦਿਖਾਵਾਂਗੇ। ਤੇ ਨਾਲ ਦੀ ਨਾਲ ਆਪਣੇ ਪੰਜੀਰੀ ਵੀ ਬਣ ਰਹੀ ਆ, ਤੇ ਨਾਲ ਦੀ ਨਾਲ ਇੱਧਰ ਕੈਮਰੇ ਦੀ ਫਿਟਿੰਗ ਵੀ ਹੋ ਰਹੀ ਹੈਗੀ, ਠੀਕ ਹੈ। ਤੇ ਇਹ ਵੀ ਦਿਖਾਉਂਦੇ ਹਾਂ, ਚਲੋ ਚੱਲ ਪਏ, ਤੇ ਇਕੱਠਾ ਹੀ ਕਰ ਦਿੰਦੇ ਹਾਂ ਵਲੋਗ ਆਪਾਂ, ਨਾਲ ਕੁਕਿੰਗ ਵਾਲਾ ਤੇ ਨਾਲ ਹੀ ਕੈਮਰਿਆਂ ਦੀ ਫਿਟਿੰਗ ਵਾਲਾ, ਠੀਕ ਹੈ ਜੀ। ਓਕੇ। ਚਾਰ ਜਾਣੇ ਹੋ ਜਾਂਗੇ ਆਪਾਂ। ਇਹ ਕੌਣ ਆ ਗਿਆ ਏ? ਇਹ ਕੌਣ ਆ ਗਿਆ ਏ? ਆਪਦੀ ਇੰਟਰੋਡਕਸ਼ਨ ਦੇ ਦਿਓ, ਕੌਣ ਹੋ ਤੁਸੀਂ? ਹੈਂ? ਲਓ ਜੀ, ਅੱਗ ਨੀ ਬਲ ਰਹੀ ਇਹਨਾਂ ਤੋਂ। ਸਾਡੇ ਜੀ ਸਾਹਿਬ ਕੰਪਿਊਟਰ ਦੇ ਮਾਲਕ ਜੀ ਜੋ ਕੈਮਰਾ ਦੀ ਸੇਵਾ ਨਿਭਾ ਰਹੇ ਨੇ, ਤੇ ਸੰਦੌੜ ਤੁਸੀਂ ਮਿਲ ਸਕਦੇ ਹੋ ਇਹਨਾਂ ਨੂੰ। ਹਾਂਜੀ ਹਾਂਜੀ, ਪੰਜੀਰੀ ਤਿਆਰ ਹੋ ਰਹੀ ਹੈ ਬੇਟਾ। ਗਰਮ ਕਰਕੇ ਆਟਾ ਪਾ ਲਿਆ ਜੀ। ਆਟਾ ਹੁਣ ਆਪਾਂ ਹਲਾਈ ਕਰਨਾ ਹੈ, ਪੂਰਾ ਬਰਾਊਨ ਕਲਰ ਕਰਨਾ ਹੈ। ਇੱਕ ਕਿਲੋ ਘਿਓ ਦੇ ਵਿੱਚ, ਹਾਂ ਕਿਲੋ ਘਿਓ ਦੇ ਵਿੱਚ 1.25 ਕਿਲੋ ਆਟਾ, 1 ਕਿਲੋ ਆਟਾ ਪਾ ਲਿਆ, ਤੇ ਆ ਆਪਣਾ ਪੀਸਿਆ ਪਿਆ, ਠੀਕ ਹੈ। ਹੁਣ ਇਹ ਮੈਨੂੰ ਬਸ ਤਿਆਰ ਹੋਣਾ ਜੀ। ਕੁਕੂ ਆ ਰਹਾ।
ਫੜੀ ਜਾ ਰਿਹਾ ਜਦੋਂ ਇਹ ਪੂਰਾ ਲਾਲ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੋ ਮਟੀਰੀਅਲ ਇਹ ਪਾਉਣਾ ਗਾ ਵੈਸੇ ਘਿਓ ਦੇ ਵਿੱਚ ਆਪਾਂ ਆਟਾ ਪਾ ਦਿੱਤਾ ਗਾ ਕਣਕ ਦਾ ਆਟਾ ਅਤੇ ਉਹ ਹੁਣ ਇਹਨੂੰ ਪੂਰਾ ਰਾੜੀ ਜਾਣਾ ਗਾ ਜਦੋਂ ਇਹ ਥੋੜ੍ਹੀ ਜਿਹੀ ਲਾਲੀ ਫੜ ਗਿਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇਹਦੇ ਵਿੱਚ ਜੋ ਡਰਾਈ ਫਰੂਟਸ ਨੇ ਉਹ ਆਪਾਂ ਐਡ ਕਰਾਂਗੇ ਬੈੱਡ ਬਣਾ ਰਹੇ ਹਾਂ ਬੈੱਡ ਬਣਾ ਕੇ ਫਿਰ ਆਪਾਂ ਕੀ ਕਰ ਰਹੇ ਹਾਂ ਹੈ ਬੈੱਡ ਬਣਾ ਬੈੱਡ ਤੇ ਫਿਰ ਆਪਾਂ ਕੀ ਕਰਾਂਗੇ ਸੌਵਾਂਗੇ ਗੱਦਾ ਤਾਂ ਹੈ ਨਹੀਂ ਬੈੱਡ ਦੇ ਉੱਤੇ ਗੱਦਾ ਕਿੱਥੇ ਆ ਇਹ ਦੇਖੋ ਜੀ ਅੱਛਾ ਬੈੱਡ ਇਹ ਨੂਰ ਦਾ ਬੈੱਡ ਓਕੇ ਓਕੇ ਵੈਰੀ ਗੁੱਡ ਇਹ ਹਜੇ ਵੀ ਆਪਣਾ ਚੱਲ ਰਿਹਾ ਜੀ ਘੋਟਣਾ ਇਹ ਤੁਸੀਂ ਕੜਾਹੀ ਲੈਣੀ ਹੈ ਲੋਹੇ ਦੀ ਨਾਲ ਖੁਰਚਲਾ ਪਾਥੀ ਜ਼ਰੂਰੀ ਹੈ ਬਾਲਣ ਦੇ ਵਿੱਚ ਲੱਕੜ ਵੀ ਜ਼ਰੂਰੀ ਹੈ ਠੀਕ ਹੈ ਜੀ ਅਤੇ ਆ ਜੀ ਨੂਰ ਕੌਰ ਮੈਂ ਵੀ ਬੈਠਾ ਜੀ ਇੱਥੇ ਆਪਾਂ ਦੇਖ ਰਹੇ ਹਾਂ ਸਾਰਾ ਪ੍ਰੋਸੈਸ ਚੱਲ ਰਹੀ ਹੈ ਜੀ ਉੱਧਰ ਤੁਹਾਨੂੰ ਮੈਂ ਦੱਸ ਚੁੱਕਿਆ ਉੱਧਰਲੇ ਪਾਸੇ ਕੈਮਰੇ ਚੱਲ ਰਹੇ ਜਦੋਂ ਕੈਮਰੇ ਵੀ ਲੱਗਦੇ ਆਪਾਂ ਉਹ ਵੀ ਦੇਖਾਂਗੇ ਠੀਕ ਹੈ ਜੀ ਜਿਹਨੂੰ ਆਹ ਚੀਜ਼ ਬਾਰੇ ਪਤਾ ਹੈ ਇਹ ਵੀ ਦੱਸ ਦਿਓ ਕੀ ਹੁੰਦੀ ਹੈ ਇਹਦੇ ਵਿੱਚ ਕੁਛ ਹੈ ਤਾਂ ਨਹੀਂ ਇਹਨੂੰ ਕੜੱਕੀ ਕਿਹਾ ਜਾਂਦਾ ਜੀ ਬਹੁਤ ਇਹ ਕਿੰਨੀ ਪੁਰਾਣੀ ਕੜੱਕੀ ਆ ਬਹੁਤ ਪੁਰਾਣੀ ਕੜੱਕੀ ਆ ਨਾ ਇਹ ਕੀ ਹਾਲ ਚਾਲ ਮੌਸਮ ਕਿਵੇਂ ਆ ਵਧੀਆ ਧੁੱਪ ਤਾਂ ਨਿਕਲੇ ਅੱਜ ਹੈ ਆਪਾਂ ਵੀ ਜੀ ਹਿਲਾ ਰਹੇ ਹਾਂ ਕਿਉਂਕਿ ਪੰਜੀਰੀ ਆਪਣੇ ਵਾਸਤੇ ਬਣ ਰਹੀ ਹੈ ਅਤੇ ਇਸ ਕਰਕੇ ਥੋੜ੍ਹਾ ਥੋੜ੍ਹਾ ਇਹਨੂੰ ਹਿਲਾਈ ਜਾਣਾ ਤਾਂ ਕਿ ਥੱਲੇ ਨਾ ਲੱਗੇ ਹਾਂਜੀ ਆਪਾਂ ਇਹਦੇ ਵਿੱਚ ਡਰਾਈ ਫਰੂਟ ਐਂਡ ਆਪਾਂ ਖਾਂਡੇ ਦੇ ਵਿੱਚ ਐਡ ਕਰਨੀ ਹੈਗੀ ਅਤੇ ਇਹਦੇ ਵਿੱਚ ਆਪਾਂ ਪਤਲਾ ਰੱਖਣ ਵਾਸਤੇ ਇਹਨੂੰ ਨਹੀਂ ਵਧੀਆ ਹੋ ਗਿਆ ਕੀ ਕਹਿੰਦਾ ਸੀ ਆਟਾ ਕੱਚਾ ਨਾ ਰਹੇ ਕੱਚਾ ਨਾ ਛੱਡਦੀ ਫਿਰ ਕੀ ਹੋਜੂ ਗਲਾ ਖਰਾਬ ਹੋ ਜਾਂਦਾ ਅੱਛਾ ਇੱਕ ਵਾਰੀ ਦੇ ਤੋ ਕੱਚਾ ਰਹਿ ਗਿਆ ਹਾਂ ਦੁਨੀਆਂ ਨੇ ਕੰਡਾ ਤੇ ਰੱਖ ਗਈ ਹੈਆਂ ਤੇ ਜਗਾ ਵਾਹ ਵਾਹ ਬੜੀ ਹੋ ਗਿਆ ਉਹ ਪਹਿਲਾਂ ਮੈਂ ਹੋਰ ਤਰ੍ਹਾਂ ਦਾ ਤਿਆਰ ਹੈ
ਖੰਡ ਵੀ ਪੈ ਗਈ ਆ, ਡਰਾਈ ਫਰੂਟ ਵੀ ਪੈ ਗਿਆ ਹੈਗਾ। ਠੀਕ ਹੈ ਜੀ, ਤੇ ਹੁਣ ਤਿਆਰ ਹੀ ਆ ਵਾ? ਹਾਂ ਤਿਆਰ, ਆਲਮੋਸਟ ਤਿਆਰ ਆ। ਹੁਣ ਸੇਕ ਨਹੀਂ ਲਵਾਉਣਾ ਇਹਨੂੰ, ਹੁਣ ਆਪਾਂ ਮਿਕਸ ਹੀ ਕਰ ਰਹੇ ਹਾਂ, ਲਾਸਟ ਸਟੈਪ ਆ ਨਾ। ਇਹਨੂੰ ਛਾਂਟ ਦੇਣਾ ਜੀ ਇਹਨੂੰ। ਲਓ ਜੀ, ਪੰਜੀਰੀ ਹੋ ਗਈ ਆਪਣੀ ਤਿਆਰ, ਪੰਜੀਰੀ ਆਪਣੀ ਹੋ ਗਈ ਆ ਤਿਆਰ, ਪੰਜੀਰੀ ਆਪਣੀ ਹੋ ਗਈ ਆ ਤਿਆਰ। ਨੂਰ ਵੀ ਪਹੁੰਚ ਚੁੱਕਿਆ, ਨੂਰ ਆਪਣੀ ਪੰਜੀਰੀ ਹੋ ਗਈ ਆ ਤਿਆਰ। ਆਹ ਦੇਖੋ, ਪੰਜੀਰੀ ਆਪਣੀ ਤਿਆਰ ਹੋ ਚੁੱਕੀ ਹੈ ਖਾਣ ਵਾਸਤੇ। ਵੈਰੀ 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 ਟੇਸਟੀ, ਯਮੀ। ਖਾਊਗਾ ਨੂਰ? ਲੈ ਭਾਈ, ਹਾਂਜੀ ਦੋਸਤੋ, ਆਪਣੀ ਪੰਜੀਰੀ ਹੋ ਗਈ ਆ ਰੈਡੀ। ਅਤੇ ਹੁਣ ਆਪਾਂ ਕੈਮਰੇ ਤੁਹਾਨੂੰ ਦਿਖਾ ਦਿੰਦੇ, ਇੱਕ ਕੈਮਰਾ ਆਹ ਲੱਗ ਗਿਆ ਹੈਗਾ, ਅਤੇ ਇੱਕ ਕੈਮਰਾ ਇੱਧਰਲੀ ਸਾਈਡ 'ਤੇ ਲੱਗ ਗਿਆ, ਬਾਹਰਲੇ ਏਰੀਆ ਕਵਰ ਕਰ ਰਿਹਾ ਹੈਗਾ। ਅਤੇ ਇਹ ਥੋੜ੍ਹਾ ਜਿਹਾ ਉੱਚਾ ਚੱਕਣਾ, ਥੋੜ੍ਹੀ ਜਿਹੀ ਲੰਬੀ ਜਾਵੇ, ਹੈ ਨਾ, ਥੋੜ੍ਹਾ ਜਿਹਾ ਲੰਬਾ ਜਾਵੇ ਇਹ। ਹਾਂ ਠੀਕ ਆ, ਠੀਕ ਆ, ਅਤੇ ਆਂਦਰ ਆਪਣਾ ਗਿਆ। ਇਹ ਸਾਰੇ ਚਾਰੇ ਲਾਈ, ਚਾਰੇ ਲਾਈ ਡੈਡੀ ਹੁਣ ਜਿਵੇਂ ਅੰਦਰ ਆਉਣਗੇ ਦੇਖਣਾ ਆਪਾਂ ਸਾਰਾ, ਜਿਵੇਂ ਹੁਣ ਡੈਡੀ ਇੱਥੋਂ ਗਏ ਨੇ। ਹਾਂ ਹੁਣ ਅਗਲੇ ਤੇ ਐਂਟਰ ਕਰਨਗੇ ਜਿੱਥੋਂ ਇੱਥੋਂ। ਹਾਂ ਆਹ ਦਿਖਾ ਦੀ, ਓਕੇ ਐਂਟਰ ਕਰ ਗਏ ਹੈ ਨਾ। ਠੀਕ ਆ, ਹੁਣ ਤੀਜਾ ਫਿਰ ਇੱਥੋਂ ਲੌਬੀ 'ਚ ਐਂਟਰ ਕਰਨਗੇ, ਇਹ ਤੋਂ ਬਾਅਦ ਹੁਣ ਲੌਬੀ ਜਾਣਾ ਉਹ ਵੀ ਕਰਨੀ। ਓਕੇ ਠੀਕ ਆ, ਲੌਬੀ, ਓਕੇ ਠੀਕ ਡਨ। ਆਪਣਾ ਕੰਟੈਕਟ ਨੰਬਰ ਦੱਸ ਦਿਓ ਬਾਈ, ਵੀ ਜੇ ਕਿਸੇ ਨੇ ਕੈਮਰਾ ਲਵਾਉਣਾ ਹੋਵੇ। 9914062205 ਤੇ ਕੀ ਨਾਮ ਦੇ ਉੱਤੇ ਜੇ ਸੰਦੌੜ ਕੋਈ ਬੰਦਾ ਆਉਂਦਾ ਹੈਗਾ, ਸਾਹਿਬ ਕੰਪਿਊਟਰ ਦੇ ਨਾਮ ਉੱਤੇ ਆ ਜੇ ਤੁਹਾਡੇ ਕੋਲ, ਹੈ ਨਾ। ਕਲਿਆਣ ਹੋ ਗਿਆ, ਲੋਟਬੱਦੀ, ਮਤਲਬ ਜਿੰਨਾ ਵੀ 15-20 ਕਿਲੋਮੀਟਰ ਦਾ ਏਰੀਆ ਜਿਹੜੇ ਵੀ ਪਿੰਡ ਲੱਗਦੇ ਨੇ ਸੰਦੌੜ ਦੇ ਨਾਲ, ਜੇ ਕਿਸੇ ਨੇ ਕੈਮਰੇ ਲਵਾਉਣੇ ਹੋਣ ਸਾਰੇ ਤਰੀਕੇ ਦੇ ਕੈਮਰੇ ਮਿਲ ਜਾਂਦੇ ਨੇ। ਠੀਕ ਹੈ ਜੀ, ਅਤੇ ਹੋਰ ਕੋਈ ਕੰਪਿਊਟਰ ਦੇ ਨਾਲ ਰਿਲੇਟਡ ਵੀ ਕੋਈ ਚੀਜ਼ ਹੈਗੀ ਆ ਤੁਸੀਂ ਆ ਸਕਦੇ ਹੋ, ਜਿੱਥੇ ਮਰਜ਼ੀ ਲਗਵਾ ਸਕਦੇ ਹੋ, ਚਾਹੇ ਘਰ 'ਚ ਲਵਾ ਲਓ, ਦੁਕਾਨ 'ਤੇ ਲਗਵਾ ਲਓ। ਠੀਕ ਹੈ, ਜਿੱਥੇ ਵੀ ਲਗਵਾਉਣਾ ਚਾਹੁੰਦੇ ਤੁਸੀਂ ਲਗਵਾ ਸਕਦੇ ਜੀ, ਉੱਥੇ ਤੁਹਾਨੂੰ ਸਰਵਿਸਿਜ਼ ਮਿਲ ਜਾਣਗੀਆਂ। ਸੋ ਆਪਣੇ ਬਾਈ ਹੁਣਾਂ ਨੇ ਕੈਮਰੇ ਲਾ ਦਿੱਤੇ ਨੇ, ਤੁਹਾਨੂੰ ਮੈਂ ਵਿਊ ਵੀ ਦਿਖਾ ਦਿੱਤਾ ਗਾ, ਅਤੇ ਵਧੀਆ ਕੰਮ ਹੋਇਆ ਗਾ, ਸਫਾਈ ਵਾਲਾ ਕੰਮ ਹੋਇਆ, ਬਾਕੀ ਤੁਸੀਂ ਵਰਤੋਂਗੇ ਤੁਹਾਨੂੰ ਪਤਾ ਲੱਗ ਜੂਗਾ। ਠੀਕ ਹੈ ਜੀ, ਸੋ ਦੈਟਸ ਆਲ, ਆਪਣਾ ਬਲੌਗ ਅਪੈਂਡ ਕਰ ਦਿੰਦੇ ਹਾਂਗੇ। ਪੰਜੀਰੀ ਤੁਸੀਂ ਦੇਖ ਲਈ ਆ, ਕੈਮਰੇ ਤੁਸੀਂ ਦੇਖ ਲੈਣ ਲੱਗ ਗਏ, ਵਿਊ ਤੁਸੀਂ ਦੇਖ ਲਿਆ, ਅਤੇ ਹੋਰ ਵੀਡੀਓਜ਼ ਵਾਸਤੇ ਜੁੜੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ, ਬੁਲਾ ਦਿਓ ਸਤਿ ਸ਼੍ਰੀ ਅਕਾਲ, ਚੈਨਲ ਵੀ ਕਹਿ ਦਿਓ, ਸਬਸਕ੍ਰਾਈਬ ਕਰ ਦਿਓ, ਸਬਸਕ੍ਰਾਈਬ, ਸਬਸਕ੍ਰਾਈਬ ਦਾ ਚੈਨਲ ਕਹਿ ਦੇ, ਚਲੋ ਤੁਸੀਂ ਆਪ ਹੀ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ। ਠੀਕ ਹੈ, ਹੋਰ ਵੀਡੀਓਜ਼ ਵਾਸਤੇ ਥੈਂਕ ਯੂ, ਧੰਨਵਾਦ। ਆਪਣਾ ਕੰਟੈਕਟ ਨੰਬਰ ਦੱਸ ਦਿਓ ਬਾਈ, ਵੀ ਜੇ ਕਿਸੇ ਨੇ ਕੈਮਰਾ ਲਵਾਉਣਾ ਹੋਵੇ। 9914062205 ਤੇ ਕੀ ਨਾਮ ਦੇ ਉੱਤੇ ਜੇ ਸੰਦੌੜ ਕੋਈ ਬੰਦਾ ਆਉਂਦਾ ਹੈਗਾ, ਸਾਹਿਬ ਕੰਪਿਊਟਰ ਦੇ ਨਾਮ ਉੱਤੇ ਆ ਜੇ ਤੁਹਾਡੇ ਕੋਲ, ਹੈ ਨਾ। ਪੈਟਰੋਲ ਪੰਪ ਕੋਲ ਵੀ ਦੁਕਾਨ ਆ, ਤੇ ਇੱਕ ਅੱਡੇ 'ਚ, ਮੇਨ ਅੱਡੇ 'ਚ ਦੁਕਾਨ ਆ। ਠੀਕ ਆ, ਅਤੇ ਵੀਰੇ ਜੇ ਕਿਸੇ ਨੇ ਆਪਣੇ ਆਹ ਏਰੀਏ ਦੇ ਵਿੱਚ ਜਿਵੇਂ ਆਪਣਾ ਸੰਦੌੜ ਹੋ ਗਿਆ, ਠੀਕ ਆ, ਕਲਿਆਣ ਹੋ ਗਿਆ, ਲੋਟਬੱਦੀ, ਮਤਲਬ ਜਿੰਨਾ ਵੀ 15-20 ਕਿਲੋਮੀਟਰ ਦਾ ਏਰੀਆ ਜਿਹੜੇ ਵੀ ਪਿੰਡ ਲੱਗਦੇ ਨੇ ਸੰਦੌੜ ਦੇ ਨਾਲ, ਜੇ ਕਿਸੇ ਨੇ ਕੈਮਰੇ ਲਵਾਉਣੇ ਹੋਣ ਸਾਰੇ ਤਰੀਕੇ ਦੇ ਕੈਮਰੇ ਮਿਲ ਜਾਂਦੇ ਨੇ। ਠੀਕ ਹੈ ਜੀ, ਅਤੇ ਹੋਰ ਕੋਈ ਕੰਪਿਊਟਰ ਦੇ ਨਾਲ ਰਿਲੇਟਡ ਵੀ ਕੋਈ ਚੀਜ਼ ਹੈਗੀ ਆ ਤੁਸੀਂ ਆ ਸਕਦੇ ਹੋਗੇ, ਜਿੱਥੇ ਮਰਜ਼ੀ ਲਗਵਾ ਸਕਦੇ ਹੋ, ਚਾਹੇ ਘਰ 'ਚ ਲਵਾ ਲਓ, ਦੁਕਾਨ 'ਤੇ ਲਗਵਾ ਲਓ। ਠੀਕ ਹੈ, ਜਿੱਥੇ ਵੀ ਲਗਵਾਉਣਾ ਚਾਹੁੰਦੇ ਤੁਸੀਂ ਲਗਵਾ ਸਕਦੇ ਜੀ, ਉੱਥੇ ਤੁਹਾਨੂੰ ਸਰਵਿਸਿਜ਼ ਮਿਲ ਜਾਣਗੀਆਂ।
ਸੋ ਆਪਣੇ ਬਾਈ ਹੁਣਾਂ ਨੇ ਕੈਮਰੇ ਲਾ ਦਿੱਤੇ ਨੇ, ਤੁਹਾਨੂੰ ਮੈਂ ਵਿਊ ਵੀ ਦਿਖਾ ਦਿੱਤਾ ਗਾ ਅਤੇ ਵਧੀਆ ਕੰਮ ਹੋਇਆ ਗਾ, ਸਫਾਈ ਵਾਲਾ ਕੰਮ ਹੋਇਆ, ਬਾਕੀ ਤੁਸੀਂ ਵਰਤੋਂਗੇ ਤੁਹਾਨੂੰ ਪਤਾ ਲੱਗ ਜੂਗਾ, ਠੀਕ ਹੈ ਜੀ। ਸੋ ਦੈਟਸ ਆਲ, ਆਪਣਾ ਬਲੌਗ ਅਪੈਂਡ ਕਰ ਦਿੰਦੇ ਹਾਂਗੇ, ਪੰਜੀਰੀ ਤੁਸੀਂ ਦੇਖ ਲਈ ਆ, ਕੈਮਰੇ ਤੁਸੀਂ ਦੇਖ ਲੈਣ ਲੱਗ ਗਏ, ਵਿਊ ਤੁਸੀਂ ਦੇਖ ਲਿਆ, ਅਤੇ ਹੋਰ ਵੀਡੀਓਜ਼ ਵਾਸਤੇ ਜੁੜੇ ਰਹੋ, ਧੰਨਵਾਦ, ਸਤਿ ਸ਼੍ਰੀ ਅਕਾਲ, ਬੁਲਾ ਦਿਓ ਸਤਿ ਸ਼੍ਰੀ ਅਕਾਲ, ਚੈਨਲ ਵੀ ਕਹਿ ਦਿਓ ਸਬਸਕ੍ਰਾਈਬ ਕਰ ਦਿਓ, ਨਹੀਂ ਸਬਸਕ੍ਰਾਈਬ, ਸਬਸਕ੍ਰਾਈਬ ਦਾ ਚੈਨਲ ਕਹਿ ਦੇ, ਚਲੋ ਤੁਸੀਂ ਆਪ ਹੀ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ, ਠੀਕ ਹੈ, ਹੋਰ ਵੀਡੀਓਜ਼ ਵਾਸਤੇ, ਥੈਂਕ ਯੂ, ਧੰਨਵਾਦ। ਤਾਂ ਬਾਕੀ ਕਿਸੇ ਦਿਨ ਫਿਰ ਆਪਾਂ ਉਹ ਕਰਾਂਗੇ, ਬਟ ਅੱਜ ਆਪਾਂ ਤੁਹਾਨੂੰ ਕੈਮਰੇ ਹੀ ਦਿਖਾ ਰਹੇ ਸੀਗੇ, ਹੁਣ ਮੈਂ ਤੁਹਾਨੂੰ ਵਿਊ ਦਿਖਾ ਦੇਣਾ ਅੰਦਰੋਂ, ਕੈਮਰੇ ਦੇਖ ਰਹੇ ਨੇ, ਵਧੀਆ 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 ਸੈੱਟ ਆ ਕੰਮ, ਲਓ ਜੀ ਆਪਾਂ ਹੁਣ ਤੁਹਾਨੂੰ ਵਿਊ ਦਿਖਾ ਦੇਣਾ ਮੈਂ ਚਾਰੇ ਕੈਮਰਿਆਂ ਦੇ। ਸੋ ਆਹ ਸੀਗਾ ਜਿਹੜਾ ਬਾਹਰ ਵਾਲਾ ਫਰੰਟ ਗੇਟ ਦਾ, ਆਹ ਲੋਬੀ ਵਾਲਾ ਜੀ, ਆਹ ਤੀਜਾ ਜਿਹੜਾ ਆਪਣੇ ਅੰਦਰ ਇੱਥੇ ਲੱਗਿਆ ਸਾਹਮਣੇ, ਠੀਕ ਹੈ ਜੀ। ਆਹ ਕੈਮਰਾ ਹੈਗਾ ਜਿਹੜਾ ਪਰਾਂ ਵਾਲੀ ਆਪਣੀ ਫਿਰਨੀ ਬਾਹਰ ਨਹੀਂ ਦਿਖਾ ਰਿਹਾ, ਅਤੇ ਚਾਰ ਕੈਮਰੇ ਹੀ ਆਪਾਂ ਕਰਵਾਏ ਨੇਗੇ, ਬਾਕੀ ਅੱਠ ਵਾਲਾ ਬਾਈ ਉਹਨਾਂ ਨੇ ਲਾਇਆ ਗਾ, ਇਹਦੇ ਵਿੱਚ ਆਪਾਂ ਚਾਰ ਕੈਮਰੇ ਹੋਰ ਵੀ ਐਡ ਕਰ ਸਕਦੇ ਹਾਂ, ਅਤੇ ਆਪਾਂ ਸਿੰਗਲ ਸਿੰਗਲ ਕੈਮਰਾ ਵੀ ਚੈੱਕ ਕਰ ਸਕਦੇ ਹਾਂ ਜੀ, ਜਿਵੇਂ ਮੈਂ ਸਿੰਗਲ ਕਨੈਕਟ ਕਰ, ਹੁਣ ਆਪਾਂ ਇਹ 'ਤੇ ਕਲਿੱਕ ਕਰਾਂਗੇ ਤਾਂ ਇਹ ਸਿੰਗਲ ਕੈਮਰਾ ਵੀ ਆ ਜਾਏਗਾ,